ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਤੇ ਕੀਤਾ ਸਭ ਤੋਂ ਵੱਡਾ ਹਮਲਾ। ਸ਼ਬਦੀ ਵਾਰ ਚ ਪੁੱਲੇ ਸ਼ਬਦਾਂ ਦੀ ਮਰਿਆਦਾ ਤੂੰ ਤੜਾ ਕਰਕੇ ਕੈਪਟਨ ਨੂੰ ਸੰਬੋਧਿਤ ਕਰਕੇ ਕੱਢਿਆ ਗੁੱਸਾ। ਕਿਹਾ ਮੈਨੂੰ ਕਹਿੰਦਾ ਸੀ ਹੁਣ ਕੈਪਟਨ ਨੇ ਆਪਣੇ ਲਈ ਦਰਵਾਜ਼ੇ ਕਰ ਲਏ ਬੰਦ। ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਬਸੇਰਾ ਸਕੀਮ ਤਹਿਤ 32 ਪਰਿਵਾਰਾਂ ਨੂੰ 5 ਮਰਲੇ ਪਲਾਟ ਕੀਤੇ ਭੇਟ। ਇਹਨਾਂ ਪਲਾਟਾਂ ਨੂੰ ਜਾਣ ਵਾਲੀਆਂ ਸੜਕਾਂ, ਪਾਣੀ ਅਤੇ ਮਕਾਨ ਦੀ ਉਸਾਰੀ ਦਾ ਸਾਰਾ ਖਰਚਾ ਵੀ ਚੁੱਕੇਗੀ ਪੰਜਾਬ ਸਰਕਾਰ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੰਸਟਰਕਸ਼ਨ ਵਰਕਰਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤਾ ਦੀਵਾਲੀ ਦਾ ਤੋਹਫਾ। ਕਰੋਨਾ ਮਹਾਮਾਰੀ ਕਾਰਨ ਕੰਸਟਰਕਸ਼ਨ ਵਰਕਰਾਂ ਨੂੰ ਹੋਏ ਵਿੱਤੀ ਨੁਕਸਾਨ ਨੂੰ ਲੈ ਕੇ 3100 ਰੁਪਏ ਹਰ ਮਜ਼ਦੂਰ ਨੂੰ ਦੇਣ ਦਾ ਕੀਤਾ ਐਲਾਨ। ਪੰਜਾਬ ਪੁਲਿਸ 'ਚ ਗੈਰ ਪੰਜਾਬੀਆਂ ਦੀ ਹੋਈ ਭਰਤੀ ਦਾ ਭਖਿਆ ਮਸਲਾ। ਡਿਪਟੀ CM ਸੁਖਜਿੰਦਰ ਸਿੰਘ ਰੰਧਾਵਾ ਨੇ ਲਿਆ ਵੱਡਾ ਐਕਸ਼ਨ ਅਤੇ DGP ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ 7 ਦਿਨਾਂ ਦੇ ਅੰਦਰ ਰਿਪੋਰਟ ਪੇਸ਼ ਕਰਨ ਦਾ ਦਿੱਤਾ ਹੁਕਮ। ਨਾਲ ਹੀ ਕੋਤਾਹੀ ਹੋਣ ਤੇ ਸਖ਼ਤ ਅਤੇ ਕਰੜਾ ਐਕਸ਼ਨ ਲੈਣ ਦੀ ਵੀ ਕਹੀ ਗੱਲ। ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਵਧੀ ਹਲਚਲ। ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਟਵੀਟ ਕਰਕੇ ਕੱਸਿਆ ਤੰਜ। ਕਿਹਾ ਕੈਪਟਨ ਦੀ ਪਾਰਟੀ ਨਾ ਹੀ ਪੰਜਾਬੀਆਂ ਲਈ ਬਣੀ ਹੈ ਤੇ ਨਾ ਹੀ ਲੋਕਾਂ ਦੇ ਹਿੱਤ ਲਈ ਬਣੀ ਹੈ। ਖੇਮਕਰਨ ਦੇ ਪਿੰਡ ਸਕੱਤਰਾ ਵਿਖੇ ਗੁਰਦੁਆਰਾ ਸਾਹਿਬ 'ਚ ਬਿਨਾਂ ਸਿਰੇ ਟਕੇ ਅੰਦਰ ਆਉਣ ਤੇ ਇੱਕ ਨੌਜਵਾਨ ਦੀ ਕੀਤੀ ਬੇਰਹਿਮੀ ਨਾਲ ਸੇਵਾਦਾਰ ਵੱਲੋਂ ਕੀਤੀ ਗਈ ਕੁੱਟਮਾਰ। ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਵੀਡੀਓ। ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਉਣ ਤੇ ਵੀ ਨੌਜਵਾਨ ਨੂੰ ਨਹੀਂ ਮਿਲਿਆ ਇਨਸਾਫ਼। ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੱਖੇ ਵਾਧੇ ਦੇ ਮੱਦੇਨਜ਼ਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੀਵਾਲੀ ਦੇ ਦੌਰਾਨ ਮਹਿੰਗਾਈ ਆਪਣੇ ਸਿਖਰ ਤੇ, ਆਕਾਸ਼ ਮੋਦੀ ਸਰਕਾਰ ਸੰਵੇਦਨਸ਼ੀਲ ਹੁੰਦੀ। ਅਯੋਧਿਆ ਵਿੱਚ ਤਿਉਹਾਰ ਤੋਂ ਪਹਿਲਾਂ ਤਿਆਰੀਆਂ ਸ਼ੁਰੂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਰ ਮਠ ਅਤੇ ਮੰਦਿਰ ਵਿੱਚ ਭੇਜੇ ਭੇਟਾ ਅਤੇ ਦੀਵੇ। ਯੋਗੀ ਆਦਿੱਤਿਆਨਾਥ ਨੇ ਕਥਿਤ ਤੌਰ ਤੇ ਐਲਾਨ ਕੀਤਾ ਕਿ ਅਯੋਧਿਆ ਦੇ ਵਿੱਚ ਇਸ ਮੌਕੇ ਤੇ ਜਗਾਏ ਜਾਣਗੇ 12 ਲੱਖ ਦੀਵੇ। ਦੁਨੀਆ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਅਮਰੀਕਾ ਜਲਦ ਹੀ 5 ਤੋਂ ਲੈ ਕੇ 11 ਸਾਲ ਤੱਕ ਦੇ ਬੱਚਿਆਂ ਨੂੰ 8 ਨਵੰਬਰ ਤੋਂ ਫਾਈਜ਼ਰ ਵੈਕਸੀਨ ਦੇਣ ਜਾ ਰਿਹਾ ਹੈ। ਉੱਥੇ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਲੰਬੇ ਸਮੇਂ ਤੋਂ ਬੱਚਿਆਂ ਦੀ ਕੋਰੋਨਾ ਵੈਕਸੀਨ ਦੀ ਉਡੀਕ ਕਰ ਰਹੇ ਮਾਪਿਆਂ ਦਾ ਇੰਤਜ਼ਾਰ ਹੋਣ ਜਾ ਰਿਹਾ ਖਤਮ। ਅਫਗਾਨਿਸਤਾਨ 'ਚ ਰਾਜਧਾਨੀ ਕਾਬੁਲ ਦੇ ਮਿਲਟਰੀ ਹਸਪਤਾਲ ਦੇ ਬਾਹਰ ਅੱਤਵਾਦੀਆਂ ਵੱਲੋਂ ਕੀਤਾ ਗਿਆ ਵੱਡਾ ਹਮਲਾ। ਹਸਪਤਾਲ ਦੇ ਗੇਟ ਨੇੜੇ ਹੋਏ 2 ਧਮਾਕਿਆਂ ਅਤੇ ਗੋਲੀਬਾਰੀ 'ਚ ਘੱਟੋ ਘੱਟ 19 ਲੋਕਾਂ ਦੀ ਹੋਈ ਮੌਤ, ਜਦਕਿ 35 ਤੋਂ ਵੱਧ ਲੋਕ ਹੋਏ ਇਸ ਹਮਲੇ ਦੇ ਵਿੱਚ ਜ਼ਖਮੀ। ਉੱਥੇ ਹੀ ਇਸਲਾਮਿਕ ਸਟੇਟ ਵੱਲੋਂ ਇਸ ਹਮਲੇ ਦੀ ਲਈ ਗਈ ਜ਼ਿੰਮੇਵਾਰੀ।